ਕਿੰਨਾ ਬਖਸ਼ਿਸ਼ ਕਰਨੀ ਇਤਨੀ ਕੁ ਸੇਵਾ ਪ੍ਰਵਾਨ ਕਰਨੀ ਸੋ ਦੁਬਾਰਾ ਫਿਰ ਸਾਰੀਆਂ ਸੰਗਤਾਂ ਨੂੰ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਸੋ ਆਓ ਅਗਲਾ ਪ੍ਰੋਗਰਾਮ ਵੀਰ ਜੀ ਹੁਣ ਆਪਾਂ ਸਰਵਣ ਕਰੀਏ ਜੀ ਭੁੱਲ ਚੁੱਕ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਉਹਨਾਂ ਦੇ ਸਾਥੀਆਂ ਨੂੰ ਬਹੁਤ ਬਹੁਤ ਧੰਨਵਾਦ ਇੱਕ ਹਫ਼ਤਾ ਹੋ ਸਾਡੇ ਤਮਾਸ਼ੇ ਕਰ ਰਹੇ ਹਨ ਸਿੱਧੇ ਤੱਕ ਸੁਆਲ ਪੁੱਛਾਂ ਜੀ ਉਹਨਾਂ ਦਾ ਕੀਰਤਨ ਲਾਓ ਪਾਓ ਜੀ ਦੋ ਚਾਰ ਜਿਹੜੀ ਬੇਨਤੀ ਹਨ ਇੱਕ ਬੇਨਤੀ ਹੈ ਬੱਚੇ ਇੱਕ ਸ਼ਬਦ ਸੈਨ ਪੜ੍ਹਨਾ ਹੈ 10 ਮਿੰਟ ਲਈ ਉਹਨਾਂ ਤੋਂ ਉਪਰੰਤ ਫਿਰ ਗਿਆਨ ਜੀ ਕਥਾ ਕਰਨਗੇ ਗਿਆਨੀ ਦਿਲਬਾਗ ਸਿੰਘ ਜੀ ਸੋ ਇੱਕ ਜਿਹੜੀ ਬੇਨਤੀ ਹਨ 2 ਤਾਰੀਖ ਨੂੰ ਬਾਤ ਕਰੀ ਦਾ ਦਿਨ ਹਲੇ ਅਲੀ ਹੈ ਜੀ ਕੋਈ ਪਰਿਵਾਰ ਸੇਵਾ ਲੈਣਾ ਚਾਹੁੰਦੇ ਤਾਂ ਗਿਆਨੀ ਜੀ ਕੋਲ ਆਪਣਾ ਨਾਮ ਵੀ ਦੱਸ ਸਕਦੇ ਹੋ ਜੀ 1 ਤਰੀਕ ਨੂੰ ਧੰਨ ਧੰਨ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪੱਤੀ ਛੋੜ ਦਿਵਸ ਅਤੇ ਦਿਵਾਲੀ ਦਾ ਦਿਹਾੜਾ ਹੈ ਸਵੇਰੇ ਤਰੀਕ ਨੂੰ ਕੋਈ ਸੰਗ ਜੀ ਸ਼੍ਰੀ ਅਖੰਡ ਪਾਠ ਸਾਹਿਬ ਸ੍ਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਉਪਰੰਤ ਤਕਰੀਬਨ ਕੋਈ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਕੀਰਤਨ ਮਾਸਟਰ ਜਵਾਬ ਭਾਈ ਸਾਹਿਬ ਭਾਈ ਗੁਰਦਰ ਜੀ ਸਿੰਘ ਜੀ ਬੰਬੇ ਵਾਲੇ ਕਰ ਰਹੇ ਹਨ ਔਰ ਉਹਨਾਂ ਤੋਂ ਇਲਾਵਾ ਸਾਰਾ ਦਿਨ ਹੀ ਕੀਰਤਨ ਕਥਾ ਚੱਲ ਰਹੀ ਹੈ ਅਤੇ ਰਾਤ ਦੇ 10 ਵਜੇ ਤੱਕ ਪ੍ਰੋਗਰਾਮ ਸਜਣਗੇ ਤਕਰੀਬਨ ਕੋਈ ਕਾਫੀ ਜਿੱਥੇ ਪਹੁੰਚ ਰਹੇ ਹਨ ਸੋ ਆਪ ਦਿਵਾਲੀ ਵਾਲੇ ਦਿਹਾੜੇ ਗੁਰਬੰਦੀ ਛੋੜ ਤੋਂ ਦਿਹਾੜੇ 1 ਤਰੀਕ ਨੂੰ ਸਾਰੇ ਵੱਲ ਚੜ੍ਹ ਕੇ ਹਾਜ਼ਰ ਕਰੋ ਜੀ ਧੰਨ ਧੰਨ ਸਿੰਘ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ ਜੋ 15 ਨਵੰਬਰ ਤੋਂ ਆ ਰਿਹਾ ਹੈ ਉਸ ਸੰਬੰਧ ਵਿੱਚ ਵੀ 13 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਰੰਗ ਕੀਤੇ ਜਾਣਗੇ ਔਰ ਸਵੇਰੇ ਸ਼ਾਮ ਕੀਰਤਨ ਦਰਬਾਰ ਹੋਣਗੇ ਅਰਦਾਸ ਪੰਥ ਬੋਲ ਰਹੇ ਨੇ ਆਪ ਦੱਸਾਏਗਾ ਅੱਜ ਜਿਸ ਤਰ੍ਹਾਂ ਆਪ ਜਾਣਦੇ ਹੋ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਪਾਵਨ ਗੁਰਤਾ ਜੋਤੀ ਦਿਵਸ ਹੈ ਨਾਲ ਹੀ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਪਾਵਨ ਜੋਤੀ ਜੋ ਦਿਹਾੜਾ ਵੀ ਹੈ ਉਸੇ ਸੰਬੰਧ ਵਿੱਚ ਅੱਜ ਆਪ ਨੇ ਸ਼ਬਦ ਗਾਇਨ ਕੀਤੇ ਹਨ ਸੋ ਆਓ ਇੱਕ ਸ਼ਬਦ ਸਰਨ ਕਰਦੇ ਹਾਂ ਬੱਚਿਆਂ ਕੋਲੋਂ 10 ਮਿੰਟ ਲਈ ਉਹਨਾਂ ਤੋਂ ਉਪਰੰਤ ਫਿਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Kapad pate
नानक दास कौन
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੋਰੇ ਸੋਨਿਹਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਹੁਤ ਹੀ ਪਿਆਰ ਵਿੱਚ ਜੁੜੇ ਪਿਆਰੇ ਬੱਚਿਆਂ ਨੇ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਆਸੀਸ ਦਾ ਸ਼ਬਦ ਸਭ ਨੂੰ ਕਰਵਾਇਆ ਪਿਆਰੀ ਬੱਚੀ ਦਾ ਭਾਵ ਜੀ ਸਾਡੇ ਵੀਰ ਜੀ ਉਹਨਾਂ ਦੀ ਬੇਟੀ ਦਾ ਜਨਮਦਿਨ ਹੈ ਸਾਰੀ ਸੰਗਤ ਆਸ਼ੀਰਵਾਦ ਬਖਸ਼ੇ ਪਿਆਰ ਬਖਸ਼ੇ ਤਾਂ ਕਿ ਪਿਆਰੀ ਬੱਚੀ ਸਦਾ ਸਾਧੂ ਦੇ ਚਰਨਾਂ ਨਾਲ ਜੁੜ ਕੇ ਖੁਸ਼ੀਆਂ ਪ੍ਰਾਪਤ ਕਰਦੀ ਰਹੇ ਸਾਰੇ ਬੱਚਿਆਂ ਦਾ ਪਾਲਣ ਜਾਂ ਸਾਰਿਆਂ ਦਾ ਧੰਨਵਾਦ ਹੈ ਬਹੁਤ ਬਹੁਤ ਵਧਾਈਆਂ ਹੋਣ ਸਤਿਕਾਰਯੋਗ ਪ੍ਰਸਿੱਧ ਵਿਦਵਾਨ ਗਿਆਨੀ ਦਲਵੰਤ ਸਿੰਘ ਜੀ ਗੁਰਦੁਆਰਾ ਸ਼ਹੀਦਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਆਏ ਦੇ ਮਹਾਨ ਪਵਿੱਤਰ ਦਿਹਾੜੇ 'ਤੇ ਗੁਰਮੁਖ ਵਿਚਾਰ ਰੱਖ ਰਹੇ ਨੇ ਪੌਣੇ 10 ਵਜੇ ਤੱਕ ਪਿਆਰ ਨਾਲ ਬਾਲਾ ਦੀ ਕੁੰਜੀ ਦੇ ਪਿਆਰ ਵਿੱਚ ਸ੍ਰੀ ਹਰਕ੍ਰਿਸ਼ਨ ਤਿਆਰੀ ਹੈ ਜਿਸ ਰਿੱਠੈ ਸੰਤ ਪਜਾਏ ਮਹਾਰਾਜ ਦੀ ਕਥਾ ਸੁਣਨ ਨਾਲ ਸਾਰੇ ਦੁੱਖ ਟੁੱਟ ਜਾਂਦੇ ਹਨ ਅਤੇ ਮਨ ਦੇ ਆਨੰਦ ਖੁਸ਼ੀਆਂ ਪਰਿਵਾਰ ਦੀਆਂ ਖੁਸ਼ੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਪਿਆਰ ਨਾਲ ਸੰਗਤ ਦੀ ਇਕਾਗਰਤਾ ਸਾਹਿਬ ਜਿਹੜੀ ਲੰਗਰ ਹਾਲ ਵਿੱਚ ਸੰਗਤ ਹੈ ਉਹ ਵੀ ਸਪੀਕਰ ਦੇ ਜ਼ਰੀਏ ਜੋ ਆਵਾਜ਼ ਜਾ ਰਹੀ ਹੈ ਪਿਆਰ ਨਾਲ ਸਰਵਣ ਕਰੋ ਤਾਂ ਕਿ ਆਪਾਂ ਅੱਜ ਦੇ ਮਹਾਨ ਦਿਨ 'ਤੇ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰ ਸਕੀਏ ਜੀ ਮਾਣਯੋਗ ਗਿਆਨੀ ਦਿਲਵੰਤ ਸਿੰਘ ਜੀ 10:45 ਤੱਕ ਪ੍ਰਾਰਥਨਾ ਸਾਹਿਬ ਦਾ ਪਾਠ ਤੇ ਸੰਪੂਰਨਤਾ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਜਾਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੇ ਤਖਤ ਬਹਿ ਤਖਤੇ ਕੀ ਲਾਇਕ ਪੰਚ ਸਮਾਇ ਗੁਰਮਤ ਪਾਇਕ ਤਖਤ ਰਾਜਾ ਸੋ ਬਹਿ ਜੇ ਤਖਤੇ ਲਾਇਕ ਹੋਈ